ਅਸਲਾਮੁ ਅਲੈਕੁਮ। ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਬਾਈ ਜੀ, ਸਭ ਭਰਾਵਾਂ ਦਾ ਵਲੋਗ ਦੇ ਵਿੱਚ ਵੈਲਕਮ ਹੋ ਗਿਆ। ਬਾਈ ਜੀ, ਅੱਜ ਅਸੀਂ ਆਏ ਹੋਏ ਹਾਂ ਕੱਲ੍ਹ ਵਾਲੇ ਕਸਟਮਰ 'ਤੇ, ਅਤੇ ਸਾਡਾ ਕੱਲ੍ਹ ਦਾ ਕੰਮ ਬਾਕੀ ਸੀਗਾ, ਅਤੇ ਬਾਈ ਜੀ ਅੱਜ ਦਾ ਕਰਦੇ ਹਾਂ ਵਲੋਗ ਵੀ ਸਟਾਰਟ ਅਤੇ ਨਾਲ ਨਾਲ ਕੰਮ ਵੀ ਸਟਾਰਟ। ਆਤਾ ਜੀ, ਅੰਟੀਨਾ ਸਹੀ ਹੋ ਗਿਆ। ਇਹ ਦੇਖੋ ਜੀ, ਉਹ ਸਾਹਮਣੇ ਸਾਈਡ 'ਤੇ ਹੈਗਾ ਕਸਟਮਰ ਸਾਈਡ, ਠੀਕ ਹੋ ਗਿਆ। ਇਹਦੇ ਪਿੱਛੇ ਮੈਂ ਹੁਣ ਲਾਵਾਂਗਾ ਆਡੀਓ, ਮੈਂ ਲਾ ਲਿਆ ਹੁਣ ਆਡੀਓ। ਹੁਣ ਮੈਂ ਥੱਲੋਂ ਖਿੱਚਾਂਗਾ ਕੇਬਲ, ਖਿੱਚ ਕੇ ਅਤੇ ਲਾ ਕੇ ਅਤੇ ਕੇਬਲ ਅਤੇ ਕੇਬਲ ਰੂਟਿੰਗ ਕਰਾਂਗਾ ਇੱਥੋਂ ਵਿੱਚੋਂ ਵਿੱਚ ਖਿੱਚਣੀ ਕੇਬਲ। ਲਓ ਬਾਈ ਜੀ, ਮੇਰਾ ਇਹ ਜਿਹੜਾ ਕੰਮ ਸੀਗਾ ਇੱਧਰੋਂ ਹੋ ਗਿਆ ਮੁਕੰਮਲ, ਸਹੀ ਹੋ ਗਿਆ। ਅਤੇ ਆਡੀਓ ਛੋਡੀਓ, ਕੇਬਲ ਰੂਟਿੰਗ, ਗਰਾਊਂਡਿੰਗ ਵਗੈਰਾ ਹਰ ਸ਼ੈ ਲੈ ਛੜੀ, ਓਕੇ ਕਰ ਛੜਿਆ। ਤੁਹਾਨੂੰ ਮੈਂ ਵੀ ਦੱਸਦਾ ਕਿ ਮੈਂ ਇਸ ਟਾਈਮ ਹੈ ਕਿੱਥੇ ਹੈ, ਸਮੁੰਦਰ ਦੇ ਕਿਨਾਰੇ। ਆ ਬਹੁਤ ਹਾਈਟ ਹੈ ਨਾ ਬਿਲਡਿੰਗਾਂ ਦੀ, ਕਿਉਂਕਿ ਮੈਂ ਵੀ ਇਸ ਟਾਈਮ ਬਹੁਤ ਜ਼ਿਆਦਾ ਹਾਈਟ 'ਤੇ ਹਾਂ, ਇਸ ਕਰਕੇ ਇੰਨੀ ਹਾਈਟ ਦੀ ਮਹਿਸੂਸ ਨਹੀਂ ਹੋ ਰਹੀ। ਥੱਲੇ ਬਿਲਡਿੰਗਾਂ ਘਰ ਜਿਹੜੇ ਆ ਨਾ, ਚਾਰ ਚਾਰ ਪੰਜ ਪੰਜ ਮੰਜ਼ਿਲ ਦੇ ਛੋਟੇ ਛੋਟੇ ਲੱਗ ਰਹੇ ਆ। ਉਹ ਜਿਹੜੀ ਸਾਹਮਣੇ ਬਿਲਡਿੰਗ ਨਜ਼ਰ ਆ ਰਹੀ ਹੈ ਨਾ, ਇਹਦੀ ਦੋਨੇ ਤਰਫ ਲੱਗੀ ਹੋਈ ਆ ਸਕਰੀਨ, ਸਹੀ ਆ। ਅਤੇ ਜਦੋਂ ਰਾਤ ਹੁੰਦੀ ਹੈ ਨਾ, ਤਾਂ ਬਹੁਤ ਦੂਰ ਤੱਕ ਜੀ ਰੋਸ਼ਨੀ ਵੀ ਜਾਂਦੀ ਹੈ, ਅਤੇ ਨਾਲੇ ਉੱਪਰ ਜੋ ਵੀ ਤਸਵੀਰ ਚੱਲਦੀ ਹੋਵੇ ਨਾ ਨਜ਼ਰ ਆਉਂਦੀ ਹੈ। ਹੁਣ ਵੀ ਮੈਨੂੰ ਨਜ਼ਰ ਆ ਰਹੀ ਹੈ, ਕੈਮਰੇ ਵਿੱਚ ਥੋੜ੍ਹਾ ਜਿਹਾ ਨਹੀਂ ਨਜ਼ਰ ਆ ਰਹੀ ਹੋਣੀ, ਇਹਦੀ ਇੰਨੀ ਰੋਸ਼ਨੀ ਹੈ। ਦਿਨ ਟਾਈਮ ਵੀ ਦੇਖੋ ਨਜ਼ਰ ਆ ਰਹੀ ਹੈ, ਐਲਸੀਡੀ ਦੋਨੋਂ ਤਰਫ ਲੱਗੀ ਹੋਈ ਹੈ। ਇਹ ਹੈਗੀ ਜੀ ਕੰਪਨੀ ਦੀ ਮਸ਼ਹੂਰੀ ਵਾਸਤੇ, ਅਗਰ ਕਿਸੇ ਨੇ ਕੋਈ ਆਪਣਾ ਮਸ਼ਹੂਰੀ ਕਰਾਉਣੀ ਹੋਵੇ ਕਿਸੇ ਸ਼ਹਿਰ ਦੀ, ਤਾਂ ਇੱਥੇ ਰਾਬਤਾ ਕਰ ਸਕਦੇ। ਐਲਾਨ ਖਤਮ ਹੋਇਆ, ਹੁਣ ਜਾਵਾਂਗਾ ਥੱਲੇ ਇੱਥੋਂ। ਬਾਈ ਜੀ, ਮੈਂ ਉਤਰਿਆ ਟਾਵਰ ਤੋਂ ਥੱਲੇ, ਅਤੇ ਗਰਮੀ ਵੀ ਬਹੁਤ ਜ਼ਿਆਦਾ ਵਾ, ਪਸੀਨੇ ਪਸੀਨੇ ਕੰਮ ਹੋਇਆ ਪਿਆ, ਅਤੇ ਹੁਣ ਅਸੀਂ ਜਾ ਰਹੇ ਹਾਂ ਕਸਟਮਰ ਸਾਈਡ 'ਤੇ। ਅਤੇ ਪਤਾ ਨਹੀਂ ਕੀ ਗੱਲ ਆ, ਅੱਜ ਰਸ਼ ਬਹੁਤ ਜ਼ਿਆਦਾ ਵਾ ਹਰ ਤਰਫ ਹੀ। ਅਤੇ ਬਾਈ ਜੀ, ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਕਸਟਮਰ ਸਾਈਡ 'ਤੇ, ਲਿਫਟ ਦੇ ਵਿੱਚ ਜਾ ਰਹੇ ਹਾਂ ਇਸ ਟਾਈਮ। ਅਤੇ ਬਾਈ ਜੀ, ਜਾ ਕੇ ਮੈਂ ਹੁਣ ਸ਼ੁਰੂ ਕਰਾਂਗਾ ਉੱਪਰ ਅਲਾਈਨਮੈਂਟ। ਬਾਈ ਜੀ, ਸਾਡਾ ਕਸਟਮਰ ਆ ਜੀ, ਖੁੱਲ ਜਾ। ਇਹ ਬਾਈ ਜੀ, ਰੱਖ ਕੇ ਗਏ ਸੀ ਇੱਥੇ ਕੇਬਲ ਕੱਲ੍ਹ, ਅਤੇ ਦੁਬਾਰਾ ਫਿਰ ਇੱਥੋਂ ਨੂੰ ਸ਼ੁਰੂ ਕਰਦੇ ਹਾਂ ਅੱਗੇ ਨੂੰ ਸਟਾਰਟ ਕਰਨਾ ਕੇਬਲ। ਇਹ ਕੇਬਲ ਟੇ ਦੇ ਵਿੱਚ ਵਿੱਚ ਜਾਏਗੀ ਇਸ ਤਰ੍ਹਾਂ ਇੱਥੇ, ਇਸ ਤੋਂ ਬਾਅਦ ਉਹ ਅੱਗੇ ਜਾਏਗੀ। ਆ ਰਹੇ ਹਾਂ ਜੀ, ਇਹ ਦੇਖੋ ਸੀਲਿੰਗ ਸਾਰੀ ਖੋਲ੍ਹ ਕੇ, ਇਹ ਦੇਖੋ ਉੱਪਰ ਜਾ ਰਹੀ। ਇਹ ਦੇਖੋ ਬਾਈ ਜੀ, ਬਿਲਡਿੰਗ ਹਜੇ ਦਿਨ ਟਾਈਮ ਆ, ਅਤੇ LCD ਚੱਲਣ ਦੇ ਉੱਤੇ, ਅਤੇ ਜੇ ਰਾਤ ਹੁੰਦੀ ਆ ਤਾਂ ਫਿਰ ਸੋਚੋ ਕਿ ਕੀ ਸੀਨ ਹੁੰਦਾ ਹੋਏਗਾ ਇਹਦਾ। ਸਾਡੇ ਸਿਗਨਲ ਆਇਆ ਜੀ 3.8। ਸਾਹਮਣੇ ਉਹੀ ਬਿਲਡਿੰਗ ਆ ਗਈ ਜਿਹੜਾ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਸਕਰੀਨ ਲੱਗੀ ਦੋਨੋਂ ਤਰਫ, ਅਤੇ ਉਹ ਥੋੜ੍ਹਾ ਜਿਹਾ ਵਿਊ ਸੀਗਾ ਦੂਰ ਦਾ। ਇਹ ਬਾਈ ਜੀ ਨਜ਼ਦੀਕ ਦਾ ਵਿਊ, ਅਤੇ ਬਾਈ ਜੀ ਰੋਸ਼ਨੀ ਬਹੁਤ ਜ਼ਿਆਦਾ ਬਹੁਤ ਦੂਰ ਤੱਕ ਜਾਂਦੀ ਆ, ਇਹ ਜਿੱਦੇ ਦੇ ਵਿੱਚ ਬਿਲਡਿੰਗ ਮੌਜੂਦ ਆ। ਅਤੇ ਬਾਈ ਜੀ ਦੋਨਾਂ ਤਰਫਾਂ 'ਤੇ LCD ਲੱਗੀ ਹੋਈ ਹੈ, ਹੁਣ ਥੋੜ੍ਹਾ ਜਿਹਾ ਸ਼ਾਮ ਦਾ ਟਾਈਮ ਹੋ ਗਿਆ, ਅਤੇ ਇਸ ਕਰਕੇ ਥੋੜ੍ਹੀ ਰੋਸ਼ਨੀ ਇਹਦੀ ਹੋਰ ਵੱਧਦੀ ਜਾ ਰਹੀ ਆ। ਅਤੇ ਬਾਈ ਜੀ, ਇੱਥੇ ਅਸੀਂ ਕਰਦੇ ਹਾਂ ਵੀਡੀਓ ਦਾ ਐਂਡ, ਅਤੇ ਇਨਸ਼ਾਅੱਲਾ ਮਿਲਾਂਗੇ ਨਈ ਵੀਡੀਓ ਨਾਲ। ਉਨੀ ਦੇਰ ਤੱਕ ਰੱਬ ਰਾਖਾ।